साडा चिड़ियां दा चंबा वे बाबूला वे 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 असां उड़ जाना साडा चिड़ियां दा चंबा वे बाबूला वे साडा चिड़ियां दा चंबा वे बाबूला वे असां उड़ी जाना साडी लम्मी उडारी वे बाबूला वे साडी लम्मी उडारी वे बाबूला वे असां उड़ी जाना साडा चिड़ियां दा चंबा वे बस करो बस बहुत अच्छा तेरी आवाज दे विच उतरा चढ़ाव इना गले दी हरकतां ब्यूटीफुल मतलब के बढ़िया गाया बहुत अच्छा है पर एक चीज और भी है जी गाना उन्ना का गाई दा हुंदा जिन्ना के तुसी आराम नाल संभाल सको जी जी ठीक है जी जी बीट तुसी दौड़ के बीट फड़दे हो ना हां जी इतने सुनने में मजा नहीं आता उस चीज का जी जी भाजी जानते हो ना नहीं 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 सही कह रहे जी जिदा का बंदा हो महाराज उदा की गल करनी पैंती है हुण जानदा है नहीं नहीं हुण जानदा है उन्हें सिखिया होया इट वाज वेरी वेरी गुड ना उन्हें सिखिया होया इस करके उदे ना उस तरीके ने गल नहीं मैं इस करके वो सिखिया इस करके मैं भी कहना कि बहुत अच्छा उन्हें नहीं अच्छा मैं कहना अच्छा वधिया वधिया गा जी कई बार इस तरह की गल कर जाने जड़ी ना थोड़ी जी हर्ट कर दी है तुहानू क्यों तकलीफ हुंदी है तकलीफ हुंदी है कि इन्ना अच्छा गा रहा हो बंदा और बीट दे विच भी इन्ना अच्छा गा रहा है ते थानू पता नहीं ਕਿਹੜੇ ਹਿਸਾਬ ਦੇ ਨਾਲ ਉਹ ਨਹੀਂ ਮੈਂ ਤਾਂ ਨਹੀਂ ਕਿਹਾ ਮੈਂ ਭੱਜ ਕੇ ਫੜਦਾ ਨਹੀਂ ਨਹੀਂ ਮੈਂ ਮਹਾਰਾਜ ਮੈਨੂੰ ਪਤਾ ਉਹ ਕੀ ਗਾ ਰਿਹਾ ਮੈਨੂੰ ਪਤਾ ਕਿੱਦਾਂ ਭੱਜ ਕੇ ਫੜ ਰਿਹਾ ਮੇਰੇ ਹਿਸਾਬ ਦੇ ਨਾਲ ਬਹੁਤ ਅੱਛਾ ਵੈਰੀ ਗੁੱਡ ਵੀ ਹੈਵ ਵੈਰੀ ਰੇਅਰ ਸਿੰਗਰਸ ਇੱਥੇ ਜਿਹੜੇ ਕਿ ਇਸ ਕੰਟਰੀ ਦੇ ਵਿੱਚ ਮਤਲਬ ਕਿ ਤੁਹਾਡੇ ਕੰਪੀਟੀਸ਼ਨ 'ਚ ਆਉਣ ਵਾਸਤੇ ਬੜੀ ਦੌੜ ਲਗਾਉਣੀ ਪੈਣੀ ਹੈ ਬੰਦਿਆਂ ਨੂੰ ਬਹੁਤ ਅੱਛਾ ਠੀਕ ਹੈ ਲੈ ਫਿਰ ਠੀਕ ਹੈ ਕਮਾਲ ਦੀ ਗੱਲ ਹੈ ਮੈਂ ਜਿਹੜੀ ਬਾਅਦ ਪਾਰਟੀ ਨਾ ਮੰਗਣ ਲੱਗ ਪਣੇ ਮੈਂ ਨਾ ਐਕਚੁਅਲੀ ਦੇਖੋ ਨਹੀਂ ਭਾਜੀ ਇੱਧਰ ਦੇਖ ਕੇ ਗੱਲ ਕਰ ਲਾਈਕ ਇਟ ਆ ਲਵ ਗੁੱਡ ਵੋਕਲ ਗੁੱਡ ਸਟਾਈਲ ਗੁੱਡ ਰੇਂਜ ਟਾਈਮਿੰਗ ਹੀ ਸੇਇੰਗ ਦ ਟਾਈਮਿੰਗ ਪ੍ਰੋਬਲਮ ਅ ਲਿਟਲ ਬਿਟ ਹੇਅਰ ਐਂਡ ਦੇਅਰ ਬਟ ਗੁੱਡ ਯਾ ਯਾ ਥੈਂਕਸ ਦੈਟਸ ਵਾਟ ਆਮ ਸੇਇੰਗ ਹੀ ਇਸ ਸਿੰਗਰ ਹੀ ਸੇਇੰਗ ਯੂ ਆਰ ਸੇਇੰਗ ਇਟ ਨਹੀਂ ਨਹੀਂ ਬਟ ਨੋ ਦ ਟਾਈਮਿੰਗ ਵਾਸ ਤੁਸੀਂ ਮੈਂ ਇਹ ਚੀਜ਼ ਤਾਂ ਥੋੜੀ ਜਿਹੀ ਯੂਜ਼ ਕੀਤੀ ਸੀ ਮੈਨੂੰ ਪਤਾ ਮਤਲਬ ਗੱਲ ਨਹੀਂ ਨਹੀਂ ਆਈ ਅੰਡਰਸਟੈਂਡ ਟਾਈਮਿੰਗ ਹੁੰਦੀ ਆ ਹਾਂਜੀ ਅਸਾਂ ਉੱਡ ਜਾਣਾ ਵੀ ਹੁਣ ਤੁਸੀਂ ਨਾ ਗਾਓ ਦੇ ਸਾਹਮਣੇ ਭਾਜੀ ਉਹ ਮਹਾਰਾਜ ਮੈਂ ਸਿੱਖਿਆ ਹੋਇਆ ਮੈਂ ਤਾਂ ਗਾ ਕੇ ਸੁਣਾ ਰਿਹਾ ਗਾਓ ਗਾ ਕੇ ਸੁਣਾਓ ਚਲੋ ਮੈਂ ਤਾਂ ਗਾ ਨਹੀਂ ਸਕਦਾ ਨਾ ਬਸ ਫਿਰ ਤੁਸੀਂ ਮੈਨੂੰ ਕਿਉਂ ਰੋਕਦੇ ਹੋ ਉਹਦੇ ਵਰਗਾ ਨਾ ਉਹਦੇ ਵਰਗਾ ਤਾਂ ਨਹੀਂ ਉਹਨੂੰ ਨਾ ਖਰਾਬ ਕਰੋ ਪਰ ਮੈਂ ਗਵਾ ਸਕਦਾ ਮੇਰਾ ਕੰਮ ਗਵਾਉਣਾ ਮੈਂ ਗਾ ਵੀ ਸਕਦਾ ਮੈਂ ਗਵਾ ਵਧੀਆ ਸਕਦਾ ਤੁਹਾਡੇ ਕਮੈਂਟ ਸਿਰ ਮੱਥੇ ਤੇ ਨਹੀਂ ਜੋ ਗਿਆ ਤਾਂ ਠੀਕ ਹੈ ਜੀ ਨੈਕਸਟ ਟਾਈਮ ਨਹੀਂ ਕਰੂੰਗਾ ਤੁਸੀਂ ਨੈਕਸਟ ਟਾਈਮ ਉਹਨਾਂ ਕਾ ਗਾਣਾ ਗਾਣਾ ਜਿੰਨਾ ਕ ਸੰਭਾਲ ਸਕੇ ਖਿਲਾਰਨਾ ਨਹੀਂ ਮੇਰੇ ਵਾਸਤੇ ਬਹੁਤ ਅੱਛਾ ਬਹੁਤ ਵਧੀਆ ਪਰਫਾਰਮੈਂਸ ਵੈਰੀ ਗੁੱਡ ਅਗਲੇ ਰਾਊਂਡ ਚ ਮਿਲਦੇ ਆ ਥੈਂਕ ਯੂ